ਇੱਕ ਇਤਿਹਾਸਕਾਰ ਦਾ ਕਹਿਣਾ ਬਈ ਜਿਹੜਾ ਜਿਹੜਾ ਇਤਿਹਾਸ ਆ ਨਾ ਉਹ ਭੁਲਾ ਦੇਣ ਦੇ ਖਿਲਾਫ ਯਾਦ ਰੱਖਣ ਦੀ ਜੰਗ ਹੈਗੀ ਆ ਵੀ ਜਦੋਂ ਕਿਸੇ ਮੁਲਕ ਵਿੱਚ ਦੋ ਜਾਂ ਤਿੰਨ ਵੱਖਰੀਆਂ ਜਿਹੜੇ ਮੁਲਕ ਵਿੱਚ ਤਾਂ ਇੱਕੋ ਹੀ ਕੌਮ ਰਹਿੰਦੀ ਹੈ ਉਹਦੇ ਲਈ ਤਾਂ ਕੋਈ ਕੌਨਫਲਿਕਟ ਨਹੀਂ ਕੋਈ ਮਸਲਾ ਨਹੀਂ ਹੈਗਾ ਵੀ ਕੋਈ ਕੋਈ ਝਗੜਾ ਨਹੀਂ ਕਿਉਂਕਿ ਉਹ ਇੱਕੋ ਹੀ ਕੌਮ ਦਾ ਪੂਰਾ ਦੇਸ਼ ਹੀ ਇੱਕ ਕੌਮ ਦਾ ਹਿੱਸਾ ਹੈ ਉਹਦੇ ਇੱਕੋ ਹੀ ਸੰਸਕਾਰ ਨੇ ਇੱਕੋ ਹੀ ਧਰਮ ਆ ਇੱਕੋ ਹੀ ਬੋਲੀ ਆ ਇੱਕੋ ਹੀ ਰਵਾਇਤਾਂ ਇੱਕੋ ਹੀ ਦੁੱਖ ਸੁੱਖ ਨੇ ਪਰ ਜਿਹੜਾ ਮੁਲਕਾਂ ਵਿੱਚ ਇੱਕ ਤੋਂ ਵੱਧ ਕੌਮਾਂ ਰਹਿੰਦੀਆਂ ਨੇ ਉਹਨਾਂ ਦੀਆਂ ਵੱਖਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕੌਮਾਂ ਉਹਨਾਂ ਦੇ ਦੁੱਖ ਸੁੱਖ ਵੱਖਰੇ ਆ ਉਹਨਾਂ ਦਾ ਇਤਿਹਾਸ ਵੱਖਰਾ ਉਹਨਾਂ ਦੇ ਧਾਰਮਿਕ ਅਤੇ ਸਮਾਜਿਕ ਸੰਸਕਾਰ ਵੱਖਰੇ ਨੇ ਉਹਨਾਂ ਦੀ ਬੋਲੀ ਵੱਖਰੀ ਆ ਸੋਚਣ ਦਾ ਢੰਗ ਅਤੇ ਮਹਿਸੂਸ ਕਰਨ ਦਾ ਢੰਗ ਵੱਖਰਾ